ਕਰਦੀਆਂ ਜਾਲੀ ਸੁਵਾਲਾ ਇੱਕ ਹਰਜੋਤ ਬੈਂਸ ਨੇ ਸੁਬਲਗੀ ਫਰਮਾਨ ਜਾਰੀ ਕੀਤਾ ਕਿ ਪੰਜਾਬ ਚ ਜਿੰਨੀਆਂ ਦੁਕਾਨਾਂ ਸਾਰੇ ਬੋਰਡ ਪੰਜਾਬੀ ਚ ਲਾਓ ਕਹਿੰਦੇ ਵੀ ਨਾ ਇੰਗਲਿਸ਼ ਨਾ ਹਿੰਦੀ ਉਹ ਲੱਗਦਾ ਕਿ ਤਨਾ ਕਿਤੇ ਧਰਮ ਨਿਰਪੇਖ ਸਾਡਾ ਰਾਜ ਹੈਗਾ ਪੰਜਾਬੀ ਭਾਸ਼ਾ ਨੂੰ ਪਰਫੁੱਲਿੱਟ ਕਰਨਾ ਚਾਹੀਦਾ ਪਰ ਨਾਲ ਹੀ ਜਿਹੜਾ ਲੋਕਾਂ ਦੀ ਭਾਵਨਾ ਹੈਗੀ ਆ ਉਸ ਨੂੰ ਵੀ ਕਿਤਨਾ ਕਿਤੇ ਦੇਖੋ ਕਿ ਦੇਖੋ ਸਰਕਾਰ ਜਿਹੜੀ ਹੈ ਉਹ ਆਪਣੇ ਬੋਰਡ ਸਾਰੇ ਪੰਜਾਬੀ ਚ ਲਿਖੇ ਸੜਕਾਂ ਤੇ ਲਿਖੇ ਜਿਹੜੇ ਵੀ ਸਰਕਾਰੀ ਉਹ ਲਿਖੇ ਹੋਏ ਬਾਕੀ ਜਿਹੜੇ ਚੀਜ਼ਾਂ ਨੇ ਨਹੀਂ ਡੈਮੋਕ੍ਰੇਸੀ ਯਾ ਲੋਕਤੰਤਰਾਂ ਕੋਈ ਪੰਜਾਬੀ ਚ ਲਿਖਦਾ ਏ ਜਿੱਥੇ ਪਿੰਡਾਂ ਚ ਅਗਲਾ ਕਹਿੰਦਾ ਪੰਜਾਬੀ ਸਮਝ ਆਉਂਦੀ ਆ ਪੜ੍ਹਦੇ ਆ ਲੋਕ ਜਿੱਥੇ ਸ਼ਹਿਰ ਚ ਕੋਈ ਉੱਥੇ ਕੋਈ ਅਲੱਗ ਪਾਸ਼ਾ ਚ ਲਿਖਣਾ ਚਾਹੁੰਦਾ ਹੋਰ ਕਿਤੇ ਬੜੇ ਸ਼ਹਿਰ ਚ ਕੋਈ ਇੰਗਲਿਸ਼ ਚ ਲਿਖਣਾ ਚਾਹੁੰਦਾ ਕਿਸੇ ਦੀ ਆਪਣੀ ਮਰਜ਼ੀ ਆ ਇਹ ਜ਼ਬਰਦਸਤੀ ਤੁਸੀਂ ਕਰੋਗੇ ਮੈਂ ਤੁਹਾਡੇ ਮਾਈਕ ਤੇ ਜਾਂ ਦਾਸ ਅਮਰ ਲਿਖਿਆ ਏ ਜਾਂ ਵੀ ਲਿਖਿਆ ਨਹੀਂ ਇਹਨੂੰ ਪੰਜਾਬੀ ਚ ਲਿਖੋ ਇਹ ਤਾਂ ذیل کو میں کمیਦਾ ਇਹ ਕੋਈ ਲੁਧਿਆਣਾ ਸੋਡੇ ਸਾਰੇ انگلش ਲਿਖੀਆਂ ਫਿਰ ਸਾਰਿਆਂ ਨੂੰ ਪੰਜਾਬੀ ਚ ਕਰਨਾ ਪਊ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਹੀ ਬਦਲਣਾ ਪੈਣਾ ਹੈ ਇਸ ਕਰਕੇ ਇਹ ਇਹ ਤੁਗਲਕੀ ਫੈਸਲੇ ਆ ਜਿਹੜੇ ਇਹ ਅੰਜਾਮ ਨੇ ਯਾਰ ਸੋ ਪਹਿਲੀ ਗੱਲ ਤਾਂ ਜੋ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਪਿਛਲੇ ਦਿਨਾਂ ਦੇ ਵਿੱਚ ਬਿਆਨ ਆਇਆ ਕਿ 21 ਫਰਵਰੀ ਤੱਕ ਸਾਰੇ ਜਿਹੜੇ ਬੋਰਡ ਨੇ ਦੁਕਾਨਾਂ ਦੇ ਦਫ਼ਤਰਾਂ ਦੇ ਸੜਕਾਂ ਦੇ ਕਿਸੇ ਵੀ ਪ੍ਰਕਾਰ ਦਾ ਬੋਰਡ ਲੱਗਿਆ ਹੋਇਆ ਉਹ 21 ਫਰਵਰੀ ਤੱਕ ਪੰਜਾਬੀ ਦੇ ਵਿੱਚ ਲਿਖੇ ਹੋਣੇ ਚਾਹੀਦੇ ਨੇ ਤੇ ਨਹੀਂ ਫਿਰ ਜਿਹੜੀ ਕਾਰਵਾਈ ਹੋ ਸਖਤ ਕੀਤੀ ਜਾਊਗੀ ਅਸੀਂ ਇਸ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਅਸੀਂ ਨਿਰਾਪura ਵਿਰੋਧ ਲਈ ਨਹੀਂ ਜੰਮੇ ਜਾਂ ਝੰਡੇ ਡੰਡੇ ਨਹੀਂ ਪਾਉਣਾ ਹੁੰਦਾ ਵੀ ਅਸੀਂ ਹਰ ਗੱਲ ਦਾ ਵਿਰੋਧ ਕਰਨਾ ਹੁੰਦਾ ਜਿੱਥੇ ਸਰਕਾਰ ਗਲਤ ਹੈ ਜਿੱਥੇ ਗਲਤ ਨੀਤੀਆਂ ਲੈ ਕੇ ਆਉ ਉਹ ਜਿੱਥੇ ਪੰਜਾਬ ਮਾਰੂ ਨੀਤੀਆਂ ਲੈ ਕੇ ਆਉਗੀ ਉਥੇ ਵਿਰੋਧ ਵੀ ਕਰਾਂਗੇ ਤੇ ਉਹਨਾਂ ਦੇ ਖਿਲਾਫ ਹੱਕ ਡਾ ਕੇ ਖੜਾਂਗੇ ਵੀ ਤੇ ਆਪਣੇ ਲੋਕਾਂ ਨੂੰ ਵੀ ਸੁਚੇਤ ਕਰਾਂਗੇ ਪਰ ਜਿੱਥੇ ਸਰਕਾਰ ਕੋਈ ਚੰਗਾ ਕੰਮ ਕਰਦੀ ਹੈ ਸਲਾਘਾ ਜੋ ਕੰਮ ਕਰਦੀ ਹੈ ਉਹਦਾ ਸਵਾਗਤ ਵੀ ਕਰਾਂਗੇ ਤੇ ਲੋਕਾਂ ਦੇ ਵਿੱਚ ਵੀ ਇਸ ਗੱਲ ਦਾ ਪ੍ਰਚਾਰ ਕਰਾਂਗੇ ਪਰ ਹਾਂ ਸਰਕਾਰ ਦਾ ਫੈਸਲਾ ਬਹੁਤ ਵਧੀਆ ਹੈ ਕਿ ਬੋਰਡਾਂ ਦਾ ਸਾਰੇ ਬੋਰਡ ਪੰਜਾਬੀ ਚ ਹੋਣੇ ਚਾਹੀਦੇ ਨੇ ਪਰ ਇੱਥੇ ਆਪਾਂ ਬਾਤ ਚਾਉਨੇ ਆ ਪਹਿਲਾਂ ਇਸ ਪਹਿਲਾਂ ਉਹ ਦਲਾਲ ਪੱਤਰਕਾਰ ਬਾਰੇ ਆਪਾਂ ਦੇਖੋ ਕਿੱਡੀ ਦਲਾਲੀ ਉਸ ਪੱਤਰਕਾਰ ਦਾ ਸਵਾਲ ਸੁਣਿਓ ਤੁਸੀਂ ਦੁਬਾਰੇ ਉਹ ਖੁਦ ਆਪਣੇ ਮੂੰਹੋਂ ਇੱਕ ਪੱਤਰਕਾਰ ਕਹਿ ਰਿਹਾ ਕਿ ਜੀ ਇਹ ਤੁਗਲਕੀ ਫਰਮਾਨ ਹੈ ਕਿ ਤੁਗਲਕੀ ਫੈਸਲੇ ਨੇ ਜਿਹੜਾ ਪੱਤਰਕਾਰ ਪੰਜਾਬੀ ਬੋਲ ਰਿਹਾ ਪੰਜਾਬੀ ਬੰਦੇ ਨਾਲ ਗੱਲਬਾਤ ਕਰ ਰਿਹਾ ਉਹੀ ਬੰਦਾ ਕਹਿ ਰਿਹਾ ਕਿ ਜੀ ਇਹ ਇੱਕ ਤੁਗਲਕੀ ਫਰਮਾਨ ਹੈ ਇਹ ਪੱਤਰਕਾਰਾਂ ਜੀ ਬਥੇਰੇ ਦਲਾਲ ਹੈਗੇ ਨੇ ਜਿਹੜੇ ਖਾਂਦੇ ਪੰਜਾਬੀ ਦਾ ਰਹਿੰਦੇ ਪੰਜਾਬ ਤੇ ਆ ਪੰਜਾਬੀਆਂ ਤੋਂ ਕਮਾਈ ਕਰਦੇ ਆ ਸਾਰਾ ਕੰਮਕਾਰ ਪੰਜਾਬੀਆਂ ਚ ਕਰਦੇ ਆ ਪਰ ਉਹਨਾਂ ਦੀ ਨਫ਼ਰਤ ਉਹਨਾਂ ਦੇ ਅੰਦਰ ਵੀ ਪੰਜਾਬੀ ਪ੍ਰਤੀ ਹੈਗੀ ਆ ਸੋ ਇਹ ਤਾਂ ਜੱਗ ਜਾਹਰ ਹੈ ਜਿਹੜਾ ਬਿੱਟੂ ਆ ਇਹ ਤਾਂ ਲੋਕੀਂਛੀਪੀ ਗੱਲ ਨਹੀਂ ਹੈਗੀ ਕਿ ਇਸ ਇਨਸਾਨ ਦੇ ਅੰਦਰ ਇੱਕ ਗਦਾਰ ਦਾ ਖੂਨ ਹੈ ਇੱਕ ਬੁੱਚੜ ਦਾ ਖੂਨ ਹੈ ਜਿਹੜੇ ਨੇ ਪੰਜਾਬ ਦੀ ਜਵਾਨੀ ਨੂੰ ਕੋਹ ਕੋਹ ਕੇ ਮਾਰਿਆ ਹੈ ਪੰਜਾਬ ਦੇ ਹੱਕਾਂ ਨੂੰ ਵੇਚਿਆ ਦਲਾਲੀਆਂ ਕੀਤੀਆਂ ਨੇ ਦਿੱਲੀ ਦੇ ਅੱਗੇ ਇਦਾਂ ਕੋਈ ਆਪਾਂ ਤੋਂ ਇਹ ਤੋਂ ਦਾ ਆਪਾਂ ਬਹੁਤੀ ਕੋਈ ਉਮੀਦ ਵੀ ਨਹੀਂ ਰੱਖ ਸਕਦੇ ਕਿ ਕੋਈ ਚੰਗਾ ਇਹ ਇਹਦੇ ਮੂੰਹੋਂ ਕੋਈ ਬਿਆਨ ਆਊਗਾ ਪਰ ਮੈਂ ਇਸ ਖੂਨ ਨੂੰ ਦੱਸ ਦੇਣਾ ਚਾਹੁੰਦਾ ਇਸ ਗਦਾਰ ਖੂਨ ਨੂੰ ਕਿ ਅੱਜ ਦੀ ਖਬਰ ਪੜ ਲਾ ਆਸਟ੍ਰੇਲੀਆ ਪੱਛਮੀ ਆਸਟ੍ਰੇਲੀਆ ਦੇ ਵਿੱਚ ਪਹਿਲੀ ਤੋਂ ਲੈ ਕੇ 12ਵੀਂ ਤੱਕ ਪੰਜਾਬੀ ਬੋਲੀ ਪੜਾਈ ਜਾਇਆ ਕਰੂਗੀ ਸਕੂਲਾਂ ਦੇ ਵਿੱਚ ਤੇ ਉੱਥੇ ਬਹੁਤੇ ਸਕੂਲਾਂ ਦੇ ਵਿੱਚ ਸਾਡਾ ਇਤਿਹਾਸ ਵੀ ਪੜਾਇਆ ਜਾਂਦਾ ਜੇ ਸਾਡੀ ਬੋਲੀ ਸਾਡੀ ਜ਼ੁਬਾਨ ਬਾਹਰਲੇ ਮੁਲਕਾਂ ਦੇ ਵਿੱਚ ਐਸ ਪੱਧਰ ਤੱਕ ਪਹੁੰਚ ਗਈ ਐਸ ਮਕਾਮ ਤੱਕ ਪਹੁੰਚ ਗਈ ਐ ਤੇ ਜਿਹੜੀ ਇਹ ਗੱਲ ਕਰਦਾ ਕਿ ਜੀ ਲੋਕਤੰਤਰ ਹੈ ਜੀ ਇਹਨੂੰ ਪੁੱਛੋ ਇਹ ਜਾਣਦਾ ਰਹਿੰਦਾ ਹੋਣਾ ਕਦੇ ਕੇਰਲਾ ਕਦੇ ਤਾਮਿਲਨਾਡੂ ਕਦੇ ਆਂਧਰਾ ਕਦੇ ਅੜੀਸਾ ਕਦੇ ਮਹਾਰਾਸ਼ਟਰ ਉਹਨਾਂ ਦੀਆਂ ਜਿਹੜੀਆਂ ਬੋਲੀਆਂ ਨੇ ਕੋਈ ਤਾਮਿਲ ਕੰਨੜਾ ਕੋਈ ਮਲਿਆਲਮ ਹੈ ਕੋਈ ਤੇਲਗੂਆ ਉਹ ਹਿੰਦੀ ਤੇ ਅੰਗਰੇਜ਼ੀ ਨੂੰ ਨੇੜੇ ਵੀ ਨਹੀਂ ਫਟਕੜਨ ਦਿੰਦੇ ਉਨ੍ਹਾਂ ਦੇ ਬੋਰਡ ਘਰਾਂ ਦੀਆਂ ਤਖਤੀਆਂ ਉਹਨਾਂ ਦੀ ਆਪਸੀ ਬੋਲਚਾਲ ਬਹੁਤ ਬਾਰੀ ਦੱਖਣ ਭਾਰਤ ਦੇ ਲੋਕਾਂ ਨੇ ਆਪਣੀ ਮਾਂ ਬੋਲੀ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਰੌਲੇ ਪਾਏ ਆ ਸੰਘਰਸ਼ ਕੀਤੇ ਆ ਤੇ ਇਹ ਕਹਿੰਦਾ ਜੀ ਇੱਕ ਲੋਕਤੰਤਰ ਦੇ ਵਿੱਚ ਇਹ ਜੀ ਤੁਗਲਕੀ ਫੈਸਲੇ ਨੇ ਕਿ ਤੁਸੀਂ ਬੋਰਡਾਂ ਦੇ ਉੱਤੇ ਪੰਜਾਬੀ ਲਿਖ ਦੋਗੇ ਜੇ ਪੰਜਾਬ ਵਿੱਚ ਪੰਜਾਬੀ ਨਹੀਂ ਲਿਖੀ ਜਾਊਗੀ ਗਦਾਰਾ ਪੰਜਾਬੀ ਲੇਖੀ ਕਿੱਥੇ ਜਾਊਗੀ ਸੋਚ ਕਰਕੇ ਇਹੋ ਜਿਹੇ ਬੰਦਿਆਂ ਨੂੰ ਯਾਰ ਮੈਂ ਹੈਰਾਨ ਆ ਕਿ ਇਹ ਬੰਦਾ ਦੋ ਵਾਰੀ ਕਿ ਤਿੰਨ ਵਾਰੀ ਇਹ ਜਿਹੜਾ ਮੈਂਬਰ ਪਾਰਲੀਮੈਂਟ ਬਣ ਗਿਆ ਕੌਣ ਲੋਕ ਨੇ ਜਿਹੜੇ ਇਹੋ ਜਿਹੇ ਬੰਦਿਆਂ ਨੂੰ ਜਿਤਾ ਕੇ ਭੇਜਦੇ ਆ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਉਲਟੀ ਭੁਗਤਣਾ ਹੁੰਦਾ ਇਹ ਤਾਂ ਸ਼ੁਰੂ ਤੋਂ ਇਹਦੇ ਦਾਦੇ ਤੋਂ ਲੈ ਕੇ ਪੰਜਾਬ ਦੇ ਉਲਟ ਭੁਗਤੇ ਨੇ ਉਦੋਂ ਬਾਅਦ ਵੀ ਲੋਕ ਇਹਨਾਂ ਦੇ ਨਾਲ ਅੱਜ ਵੀ ਬਥੇਰੇ ਹੋਣਗੇ ਜਿਹੜੇ ਜਿੰਦਾਬਾਦ ਕਰਦੇ ਹੋਣਗੇ ਸੋ ਇੱਕ ਤਾਂ ਇਹ ਜਿਹੜੀ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕਿ ਅਸੀਂ ਕਿਹੋ ਜਿਹੇ ਬੰਦੇ ਜਿਹੜੇ ਚੋਣ-ਚੋਣ ਹੁਣ ਤੱਕ ਭੇਜਿਆ ਹੈ ਜਿਨ੍ਹਾਂ ਨੇ ਨਮਾਇੰਦਗੀ ਕੀਤੀ ਹੈ ਪੰਜਾਬ ਦੀ ਉਹ ਇਹੋ ਜਿਹੇ ਬੰਦੇ ਨੇ ਇਹ ਹਮੇਸ਼ਾ ਬੰਦਾ ਪੰਜਾਬ ਦੇ ਉਲਟ ਭੁਗਤਿਆ ਹਮੇਸ਼ਾ ਹਰ ਗੱਲ ਤੇ ਪੰਜਾਬ ਦੇ ਉਲਟ ਭੁਗਤਿਆ ਬੰਦਾ ਹੈ ਹਰ ਹੱਕ ਦੀ ਜਦੋਂ ਪੰਜਾਬ ਦੀ ਗੱਲ ਆਈ ਹੈ ਪੰਜਾਬੀਅਰ ਦੀ ਗੱਲ ਆਈ ਹੈ ਇਹਨੇ ਹਮੇਸ਼ਾ ਟੰਗੜਾਈ ਹੈ ਤੇ ਹਮੇਸ਼ਾ ਉਹਦੇ ਉਲਟ ਇਹਨੇ ਗੱਲ ਕੀਤੀ ਹੈ ਦੂਜੇ ਮੈਂ ਜਿਹੜਾ ਨਾਲ ਦੀ ਨਾਲ ਸਰਕਾਰ ਦਾ ਸਵਾਗਤ ਵੀ ਕਰਦਾ ਤੇ ਮੈਂ ਜਿਹੜੀ ਅਪੀਲ ਕਰਦਾ ਸਰਕਾਰ ਨੂੰ ਕਿ ਦੋ ਚਾਰ ਮੇਰੇ ਸੁਝਾਅ ਨੇ ਮੈਂ ਕੱਲ ਡਿਪਟੀ ਕਮਿਸ਼ਨਰ ਬਰਿੰਡੇ ਨੂੰ ਵੀ ਲਿਖ ਕੇ ਦੇ ਕੇ ਆਇਆ ਮੈਂ ਜਿਹੜੀ ਸਾਡੀ ਜਥੇਬੰਦੀ ਬਣੀ ਹੋਈ ਹੈ ਪੰਜਾਬੀ ਮਾਂ ਬੋਲੀ ਸਤਕਾਰ ਜਥੇਬੰਦੀ ਪੰਜਾਬ ਉਹਦੇ ਵੱਲੋਂ ਮੈਂ ਅਪੀਲ ਕਰਦਾ ਸਾਡੀ ਸਮੁੱਚੀ ਜਥੇਬੰਦੀ ਅਪੀਲ ਕਰਦੀ ਆ ਸਰਕਾਰ ਨੂੰ ਕਿ ਤੁਸੀਂ ਇਹ ਫੈਸਲਾ ਤਾਂ ਲੈ ਲਿਆ ਬਹੁਤ ਵਧੀਆ ਗੱਲ ਆ ਪਰ ਇੱਕ ਤਾਂ ਇਹਨੂੰ ਅਮਲੀ ਰੂਪ ਚ ਲਾਗੂ ਕਰਿਓ ਇਹ ਨਾ ਹੋਵੇ ਕਿ ਤੇ ਇਹ ਫੈਸਲੇ ਕਦੇ ਜਵਾਨੀ ਕਲਾਮੀ ਬਣ ਕੇ ਰਹਿ ਜਾਣ ਕਦੇ ਲਾਗੂ ਹੀ ਨਾ ਹੋਣ ਅਮਲੀ ਰੂਪ ਚ ਲਾਗੂ ਹੀ ਨਾ ਹੋਣ ਤਾਂ ਇੱਕ ਤਾਂ ਅਮਲੀ ਰੂਪ ਚ ਲਾਗੂ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ 21 ਫਰਵਰੀ ਤੱਕ ਕਿਹਾ ਤੇ ਬਹੁਤ ਜ਼ਰੂਰੀ ਹੈ ਵੀ 21 ਫਰਵਰੀ ਤੱਕ ਜੇ ਕੋਈ ਨਹੀਂ ਕਰਦਾ ਤਾਂ ਜਿਹੜੀ ਵੀ ਸ਼ਕਤੀ ਤੁਹਾਨੂੰ ਕਰਨੀ ਚਾਹੀਦੀ ਹੈ ਉਹ ਕਰਨੀ ਪਣਦੀ ਆ ਦੂਜੀ ਗੱਲ ਮੇਰਾ ਸੁਝਾਅ ਸਰਕਾਰ ਦੇ ਅੱਗੇ ਇਹ ਆ ਕਿ ਜਿਵੇਂ ਹੁਣ ਤੁਸੀਂ ਪੰਜਾਬੀ ਦੇ ਅੱਖਰ ਲਿਖੋਗੇ ਪੰਜਾਬੀ ਦੇ ਸ਼ਬਦ ਲਿਖੋਗੇ ਉਹਦੇ ਅੱਖਰ ਵੀ ਪੰਜਾਬੀ ਦੇ ਤੇ ਉਹਦੇ ਅਰਥ ਵੀ ਪੰਜਾਬੀ ਦੇ ਮੇਰਾ ਕਹਨ ਤੋਂ ਭਾਵ ਜਿਵੇਂ ਹੁਣ ਗੇਟ ਲਿਖਿਆ ਹੁੰਦਾ ਗੱਗੇ ਨੂੰ ਲਾਵਾਂ ਟੈਂਕਾ ਗੇਟ ਉਹ ਦਰਵਾਜ਼ਾ ਲਿਖਿਆ ਜਾਣਾ ਚਾਹੀਦਾ ਹੁਣ ਕੋਟ ਲਿਖਿਆ ਹੁੰਦਾ ਕੱਕੇ ਨੂੰ ਹੋੜਾ ਰਾਰਾ ਟੈਂਕਾ ਕੋਟ ਉਹਨੂੰ ਕਚਹਿਰੀ ਲਿਖ ਸਕਦੇ ਆ ਅਦਾਲਤ ਲਿਖ ਸਕਦੇ ਆ ਅਦਾਲਤ ਵੀ ਹਿੰਦੀ ਦਾ ਸ਼ਬਦ ਆ ਕਚਹਿਰੀ ਲਿਖ ਸਕਦੇ ਆ ਐਸ ਤਰ੍ਹਾਂ ਹੀ ਹੋਰ ਬਹੁਤ ਸ਼ਬਦ ਨੇ ਹੁਣ ਜਿਵੇਂ ਆਮ ਤੌਰ ਤੇ ਆਪਾਂ ਇੱਥੇ ਬੇਰੇ ਰਾਮਪ੍ਰਿਕ ਪਾਰਕ ਬਣਿਆ ਹੋਇਆ ਉਹ ਨੇਚਰ ਪਾਰਕ ਲਿਖਿਆ ਹੋਇਆ ਨੰਨੇ ਨੂੰ ਲਾਵਾਂ ਚੱਚਾ ਰਾਰਾ ਨੇਚਰ ਪਾਰਕ ਉਹਨੂੰ ਕੁਦਰਤੀ ਬਾਗ ਕੁਦਰਤੀ ਬਗੀਚਾ ਲਿਖ ਸਕਦੇ ਆ ਹੁਣ ਜਾਂ ਰੋਡ ਸੜਕ ਨੂੰ ਰੋਡ ਲਿਖਿਆ ਹੁੰਦਾ ਰਾਲੇ ਨੂੰ ਹੋਰਾ ਡੱਡਾ ਰੋਡ ਜਾਂ ਰਾਲੇ ਨੂੰ ਹੋਰਾ ਰਾੜਾ ਰਾੜਾ ਰੋਡ ਉਹਨੂੰ ਸੜਕ ਲਿਖ ਸਕਦੇ ਆ ਜਾਂ ਆਪ ਤੌਰ ਦੇ ਸੜਕਾਂ ਦੇ ਉੱਤੇ ਪਏ ਹੁੰਦੇ ਵੱਡੇ ਵੱਡੇ ਲਿਖੇ ਦੇਖੇ ਹੋਣੇ ਤੁਸੀਂ ਲੋਹੇ ਜਿਹੇ ਬੋਰਡ ਜੇ ਅੱਗੇ ਨਾ ਕਾਰਜਾ ਪ੍ਰਗਤੀ ਪਰ ਹੈ ਧੀਰੇ ਚੱਲੇ ਸਾਰਿਆ ਪ੍ਰਗਰਤੀ ਪਰ ਹੈ ਧੀਰੇ ਚੱਲੇ ਸ਼ਬਦ ਪੰਜਾਬੀ ਦੇ ਹੁੰਦੇ ਨੇ ਅਰਥ ਹਿੰਦੀ ਵਾਲੇ ਹੁੰਦੇ ਆ ਉੱਥੇ ਵੀ ਲਿਖਾਇਆ ਜਾ ਸਕਦਾ ਹੈ ਵੀ ਭਾਈ ਅੱਗੇ ਕੰਮ ਚੱਲ ਰਿਹਾ ਹੋਲੀ ਚੱਲੋ ਤਾਂ ਇਸ ਕਰਕੇ ਇਹ ਸਰਕਾਰ ਨੂੰ ਮੇਰਾ ਸੁਝਾਹ ਕਿ ਹੁਣ ਤੁਸੀਂ ਕੰਮ ਕਰਨ ਲੱਗਿਓ ਪਰ ਦੇਖਿਓ ਕਿ ਉਹ ਹੀ ਨਾ ਉਹਨਾਂ ਖਾਣਾ ਪੂਰਤੀ ਕਰ ਦਿਓ ਠੀਕ ਹੈ ਸ਼ਬਦ ਪੰਜਾਬੀ ਦੇ ਲਿਖਦੇ ਹਾਂ ਤੇ ਅਰਥ ਉਹਦੇ ਅੰਗਰੇਜ਼ੀ ਦੇ ਨਿਕਲੀ ਜਾਣ ਜਾਂ ਹਿੰਦੀ ਵਾਲੇ ਨਿਕਲੀ ਜਾਣ ਕਿਉਂਕਿ ਪੰਜਾਬੀ ਬੋਲੀ ਕੋਲੇ ਹਰ ਸ਼ਬਦ ਦਾ ਤੋੜ ਇਸ ਸਿਝਾ ਮੇਰਾ ਸਰਕਾਰ ਨੂੰ ਬੋਰਡਾਂ ਦੇ ਪ੍ਰਤੀ ਅਗਲਾ ਮੇਰਾ ਸੁਝਾ ਸਰਕਾਰ ਨੂੰ ਇਹ ਹੈ ਕਿ ਸਕੂਲਾਂ ਵੱਲ ਧਿਆਨ ਦਿਓ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਮਾੜੇ ਹਾਲਾਤ ਆ ਸਕੂਲਾਂ ਜੁਰਮਾਨੇ ਹੁੰਦੇ ਨੇ ਪਾਬੰਦੀਆਂ ਲੱਗਦੀਆਂ ਨੇ ਪਹਾੜੇ ਬਿਲਕੁਲ ਪੰਜਾਬੀ ਦੇ ਸਕੂਲਾਂ ਨੂੰ ਖਤਮ ਕਰ ਦਿੱਤੇ ਗਿਆ ਜਿੰਨੇ ਅੰਗਰੇਜ਼ੀ ਮਾਧਿਅਮ ਦੇ ਸਕੂਲ ਆ ਉਹਨਾਂ ਵਿੱਚੋਂ ਪਹਾੜੇ ਬਿਲਕੁਲ ਖਤਮ ਕਰ ਦਿੱਤੇ ਆ ਇੱਕ ਦੋ ਦਿਨੀ ਦੂਣੀ ਦੋ ਦਿਨ ਚਾਰ ਆਪਾਂ ਪੜਦੇ ਰਹੇ ਆ ਉਹ ਬਿਲਕੁਲ ਜਵਾਕਾਂ ਨੂੰ ਆਉਂਦੇ ਨਹੀਂ ਹੈ ਪੰਜਾਬੀ ਚ ਪੜ੍ਹਾਏ ਨਹੀਂ ਜਾਂਦੇ 49 99 69 71 ਬਿਆਕਰਨ ਅੰਕੜ ਦੇ ਲੈਂਕੜ ਬਿਹਾਰੀਆਂ ਸਿਆਰੀਆਂ ਬਿੰਦੀਆਂ ਟਿੱਪੀਆਂ ਜਬਾਕ ਨੂੰ ਉਹ ਕੱਖ ਨਹੀਂ ਪਤਾ ਉਹ ਓਨੀਕ ਪੰਜਾਬੀ ਪੜਾਉਂਦੇ ਆ ਵੀ ਇਹ ਪਾਸ ਹੋਣ ਜੋਗਰੇ ਨੰਬਰ ਲੈ ਜਾਣ ਜਬਾਕ ਸੋ ਇਹ ਬਹੁਤ ਜ਼ਰੂਰੀ ਆ ਅਸੀਂ ਬੋਰਡ ਠੀਕ ਕਰ ਲਾਂਗੇ ਪਰ ਜਿੱਥੇ ਜੜਾਂ ਸਾਡੀਆਂ ਵੱਡੀਆਂ ਜਾ ਰਹੀਆਂ ਨੇ ਉੱਥੇ ਸਰਕਾਰ ਦਾ ਮੈਂ ਧਿਆਨ ਦਿਵਾਉਣਾ ਚਾਹੁੰਦਾ ਭਾਸ਼ਾ ਵਿਭਾਗ ਨੂੰ ਜਿਹੜਾ ਬਣਿਆ ਹੁਣ ਤਕੜਾ ਕਰੋ ਉਹ ਖਾਣਾ ਪੂਰਤੀ ਨਾ ਕਰੋ ਉੱਥੇ ਸਾਰੇ ਜਿਹੜਿਆ ਪੋਸਟਾਂ ਖਾਲੀ ਪੰਗਾ ਨੇ ਸਾਮੀਆਂ ਖਾਲੀ ਪੰਗਾ ਨੇ ਉਹਨਾਂ ਨੂੰ ਭਰਾਇਆ ਜਾਵੇ ਸਾਰੇ ਉਹਨਾਂ ਨੂੰ ਪੂਰੀਆਂ ਪਾਵਰਾਂ ਦੇ ਉਹ ਤਾਕਤਾਂ ਦੇ ਉਹ ਭਾਸ਼ਾ ਭਾਗ ਜਿਹੜੇ ਮਰਜ਼ੀ ਸਕੂਲ ਦੇ ਖਿਲਾਫ ਜਾ ਕੇ ਕਾਰਵਾਈ ਕਰ ਸਕਦਾ ਹੋਵੇ ਜਿਹੜੇ ਸਕੂਲ ਇਹ ਜਿਹੀਆਂ ਕਤਾਈਆਂ ਕਰ ਰਹੇ ਉਹਨਾਂ ਦੀ ਮਾਨਤਾ ਰੱਦ ਕੀਤੀ ਜਾਵੇ ਸੋ ਇਸ ਕਰਕੇ ਮੈਂ ਇਹ ਸਰਕਾਰ ਨੂੰ ਮੇਰਾ ਸੁਝਾਅ ਨੇ ਅਗਲਾ ਸੁਝਾਅ ਮੇਰਾ ਹੋਰ ਹੈ 2009 ਤੋਂ ਲੈ ਕੇ ਹਾਈ ਕੋਰਟ ਦਾ ਕਿਹਾ ਹੋਇਆ ਕਿ ਜੇ ਪੰਜਾਬ ਸਰਕਾਰ ਸਾਨੂੰ 3000 ਬੰਦਾ ਮਹੱਈਆ ਕਰਾ ਦਿੰਦੀ ਆ ਤਾਂ ਅਸੀਂ ਜਿਹੜੀਆਂ ਸਾਰੀਆਂ ਹੇਟਲੀਆਂ ਅਦਾਲਤਾਂ ਨੇ ਸ਼ਾਸ਼ ਜਿਹੜੀ ਜੱਜ ਤੱਕ ਆਈ ਸਾਰਾ ਕੰਮਕਾਰ ਉਹਦਾ ਕਚੈਰੀਆਂ ਦਾ ਅਦਾਲਤਾਂ ਦਾ ਪੰਜਾਬੀ ਚ ਕਰਨੀ ਤਿਆਰ ਪਰ 2009 ਤੋਂ ਬਾਅਦ ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ ਕਿਸੇ ਨੇ ਕੋਈ ਇਸ ਗੱਲ ਬਲ ਧਿਆਨ ਨਹੀਂ ਦਿੱਤਾ ਅਸੀਂ ਇਸ ਸਰਕਾਰ ਦੇ ਇਹ ਵੀ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਸਾਡੇ ਲੋਕਾਂ ਨੂੰ ਬਹੁਤ ਸੌਖਾ ਹੋ ਜੇ ਕਿ ਜਿਹੜੇ ਕੋਈ ਜੱਜ ਹੈਗਾ ਜਜਮੈਂਟ ਲਿਖਦਾ ਫੈਸਲੇ ਲਿਖਦਾ ਉਹ ਪੰਜਾਬੀ ਚ ਲਿਖੇ ਜਾਣ ਬਹਿਸ ਪੰਜਾਬੀ ਚ ਹੋਵੇ ਤਾਂ ਕਿ ਆਮ ਲੋਕਾਂ ਨੂੰ ਪਤਾ ਲੱਗੇ ਸਾਡੇ ਵਕੀਲ ਨੇ ਕੀ ਬੋਲਿਆ ਵਿਰੋਧੀ ਦੇ ਵਕੀਲ ਨੇ ਕੀ ਬੋਲਿਆ ਜੱਜ ਦਾ ਲਿਖਿਆ ਹੋਇਆ ਫੈਸਲਾ ਆਮ ਬੰਦਾ ਜਿਹੜਾ ਪੰਜਾਬੀ ਉਹ ਵੀ ਪੜ ਸਕੇ ਕਿ ਫੈਸਲਾ ਕਿ ਹੋ ਜਾਏ ਤਾਂ ਇਸ ਕਰਕੇ ਇਹ ਜਿਹੜੀਆਂ ਦੋ ਤਿੰਨ ਮੇਰੇ ਸੁਝਾਅ ਨੇ ਤੁਸੀਂ ਬਹੁਤ ਸੋਹਣਾ ਇਹ ਕੰਮ ਕੀਤਾ ਸਰਕਾਰ ਨੂੰ ਮੈਂ ਫਿਰ ਕਹਿਣਾ ਪਰ ਇਹ ਅਮਲੀ ਰੂਪ ਚ ਲਾਗੂ ਹੋ ਜਾਏ ਹੁਣ ਦੂਜੀਆਂ ਸਰਕਾਰਾਂ ਵੱਲੋਂ ਜਿਵੇਂ 67 ਤੋਂ 67 ਦੇ ਕਾਨੂੰਨ ਦੇ ਵਿੱਚ ਬਾਦਲਾਂ ਨੇ ਲਿਆ ਕੇ 2008 ਦੇ ਵਿੱਚ ਸੋਧ ਕੀਤੀ ਪਰ ਉਦੋਂ ਬਾਅਦ ਕੋਈ ਕਾਰਵਾਈ ਹੋਈ ਨਹੀਂ ਉਹ ਗੱਲ ਉੱਥੇ ਦੀ ਉੱਥੇ ਲੰਮਕ ਜਾਂਦੀ ਹੈ ਇਸ ਤਰੀਕੇ ਦਾ ਨਲਾ ਹੋਵੇ ਸੋ ਮੈਂ ਅਪੀਲ ਹੈ ਕਿ ਇਹਨੂੰ ਅਮਲੀ ਰੂਪ ਦੇ ਵਿੱਚ ਲਾਗੂ ਕਰਕੇ ਮਾਂ ਬੋਲੀ ਨੂੰ ਪੰਜਾਬ ਦੀ ਪਟਰਾਣੀ ਬੋਲੀ ਬਣਾ ਕੇ ਸਿਰ ਤੇ ਬਿਠਾਇਆ ਜਾਵੇ ਸਿਰ ਦਾ ਤਾਜ ਬਣਾਇਆ ਜਾਵੇ ਤੇ ਮੈਂ ਖੀਰ ਦੇ ਉੱਤੇ ਅਪੀਲ ਕਰਦਾ ਮੇਰੇ ਪੰਜਾਬੀ ਲੋਕਾਂ ਨੂੰ ਪਿੰਡੂਆਂ ਨੂੰ ਸ਼ਹਿਰੀਆਂ ਨੂੰ ਅਮੀਰਾਂ ਨੂੰ ਗਰੀਬਾਂ ਨੂੰ ਹਰ ਵਰਗ ਨੂੰ ਮੈਂ ਅਪੀਲ ਕਰਦਾ ਦੇਖੋ ਬੋਲੀ ਕਿਸੇ ਧਰਮ ਕਿਸੇ ਮਜਬ ਨਾਲ ਜੁੜੀ ਨਹੀਂ ਹੁੰਦੀ ਬੋਲੀ ਸਿੱਖ ਹਿੰਦੂ ਮੁਸਲਮਾਨ ਦੀ ਸਾਂਝੀ ਬੋਲੀ ਹੈ ਇਹ ਬੋਲੀ ਬੁੱਲਿਆਂ ਦੀ ਦੁੱਲਿਆਂ ਦੀ ਬਾਹੂ ਸੁਲਤਾਨਾਂ ਦੀ ਬੋਲੀ ਹੈ ਬਾਬੇ ਫਰੀਦ ਦੀ ਬੋਲੀ ਹੈ ਬਾਬੇ ਨਾਨਕ ਦੀ ਬੋਲੀ ਹੈ ਇਹ ਧਨੀਦਮ ਚਾਤਰਖ ਦੇ ਵੀ ਬੋਲੀ ਹੈ ਸੋ ਇਹ ਜਿਹੜੀਆਂ ਬੋਲੀਆਂ ਨੇ ਅਸੀਂ ਬੋਲੀਆਂ ਨੂੰ ਬੰਨ ਲੈਨੇ ਆ ਉਹਨਾਂ ਦਾ ਘੇਰਾ ਜਿਹੜਾ ਉਹ ਸੀ ਸੰਘੇੜ ਲੈਨੇ ਆ ਕਿ ਨਹੀਂ ਜਿਵੇਂ ਅੰਗਰੇਜ਼ਾਂ ਨੇ ਸਾਡੇ ਚ ਵੰਡਾ ਪਾਈ ਸੀ ਕਿ ਹਿੰਦੀ ਹਿੰਦੂਆਂ ਦੀ ਉਰਦੂ ਮੁਸਲਮਾਨਾਂ ਦੀ ਤੇ ਪੰਜਾਬੀ ਸਿੱਖਾਂ ਦੀ ਨਹੀਂ ਪੰਜਾਬੀ ਸਾਰਿਆਂ ਦੀ ਸਾਂਝੀ ਜ਼ੁਬਾਨ ਸੋ ਮੈਂ ਹਰ ਸ਼ਹਿਰੀ ਹਰ ਪਿੰਡੂ ਨੇ ਅਪੀਲ ਕਰਦਾ ਕਿ ਅਸੀਂ ਬਾਈ ਬਣਦਾ ਮਾਨ ਸਤਕਾਰ ਸੀ ਸਰਕਾਰ ਤੋਂ ਉਮੀਦ ਕਰਦੇ ਆ ਅਸੀਂ ਆਪ ਵੀ ਦੇ ਗਏ ਯਾਰ ਘਰਾਂ ਦੇ ਵਿੱਚ ਅਸੀਂ ਆਪਣੇ ਜਵਾਕਾਂ ਨੂੰ ਪੰਜਾਬੀ ਬੋਲਣ ਤੋਂ ਰੋਕਦੇ ਆ ਮਾਮਾਂ ਦਾ ਬੜਾ ਮੈਂ ਦੇਖਿਆ ਇਸ ਗਲਮ ਦੇ ਵਿੱਚ ਬੜਾ ਹੱਥ ਹੈ ਬੜਾ ਯੋਗਦਾਨ ਹੈ ਉਹ ਜਵਾਕ ਨੂੰ ਕਰੇ ਪੰਜਾਬੀ ਬੋਲਣ ਤੋਂ ਰੋਕਦੇ ਆ ਬਹੁਤ ਸਕੂਲਾਂ 'ਚ ਮੇਰੀ ਬਹਿਸ ਹੁੰਦੀ ਆ ਜਾ ਕੇ ਮੈਂ ਜਾਂਦਾ ਰਹਿੰਨਾ ਸਕੂਲ ਵਾਲੇ ਕਹਿ ਦਿੰਦੇ ਨੇ ਕਿ ਸਾਨੂੰ ਤਾਂ ਜੀ ਘਰ ਦੇ ਕਹਿ ਦਿੰਦੇ ਆ ਕੇ ਮਾਪਿਓ ਕਹਿੰਦੇ ਆ ਸਾਡੇ ਜਵਾਕ ਨੂੰ ਜੀ ਪੰਜਾਬੀ ਨਾ ਇੱਥੇ ਬੋਲਣ ਦਿਓ ਨਹੀਂ ਯਾਰ ਅਸੀਂ ਇਹ ਨਹੀਂ ਕਹਦੇ ਕਿਹਾ ਕਿ ਅੰਗਰੇਜ਼ੀ ਨਾ ਸਿਖਾਓ ਜਵਾਕ ਨੂੰ ਹਿੰਦੀ ਨਾ ਸਿਖਾਓ ਜਿਹੜੀ ਮਰਜ਼ੀ ਬੋਲੀ ਸਿਖਾਓ ਪੜਾਓ ਲਿਖਾਓ ਪਰ ਆਪਣੀ ਮਾਂ ਬੋਲੀ ਨੂੰ ਇਸ ਤਰ੍ਹਾਂ ਘਰੋਂ ਨਾ ਕੱਢੋ ਹਰ ਬੰਦੇ ਦਾ ਫਰਜ਼ ਬਣਦਾ ਹਰ ਪੰਜਾਬੀ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹ ਬੋਲੀ ਆਪਦੇ ਘਰਾਂ ਦੇ ਵਿੱਚ ਸ਼ਹਿਰਾਂ 'ਚ ਬੜਾ ਰੁਝਾਨ ਚੱਲ ਪਿਆ ਸ਼ਹਿਰਾਂ ਦੇ ਵਿੱਚ ਦੇਖੋ ਦੇਖ ਗਮਾਂਡੀਆਂ ਨੇ ਜਵਾਬ ਹਿੰਦੀ ਉਹ ਦੇਖ ਕੇ ਦੂਜਾ ਵੀ ਹਿੰਦੀ ਉਹ ਸਾਰੀ ਹਿੰਦੀ ਦੇ ਵਿੱਚ ਚੱਲ ਪਿਆ ਕੰਮ ਪਤਾ ਨਹੀਂ ਕਿਉਂ ਸਾਡੇ ਲੋਕਾਂ ਨੂੰ ਲੱਗਣ ਲੱਗ ਗਿਆ ਕਿ ਅਸੀਂ ਹਿੰਦੀ ਬੋਲ ਕੇ ਅੰਗਰੇਜ਼ੀ ਬੋਲ ਕੇ ਬਹੁਤ ਵੱਡੇ ਵਿਦਵਾਨ ਬਣ ਜਾਾਂਗੇ ਨਹੀਂ ਇਹ ਵਿਦਵਾਨੀ ਦਾ ਸਰਟੀਫਿਕੇਟ ਨਹੀਂ ਹੈਗਾ ਜੇ ਕੋਈ ਬੰਦਾ ਅੰਗਰੇਜ਼ੀ ਬੋਲਦਾ ਜਾਂ ਹਿੰਦੀ ਬੋਲਦਾ ਇਹ ਵੀ ਕੋਈ ਜ਼ਬਾਨ ਹੈ ਅੰਗਰੇਜ਼ਾਂ ਦੀ ਜ਼ਬਾਨ ਹੈ ਮਾਂ ਬੋਲੀ ਅੰਗਰੇਜ਼ਾਂ ਦੀ ਇਸ ਕਰਕੇ ਇਹ ਗੱਲ ਦੇ ਉੱਤੇ ਲੋਕਾਂ ਨੂੰ ਵੀ ਗੌਰ ਕਰਨੀ ਚਾਹੀਦੀ ਹੈ ਸਕੂਲਾਂ ਦੇ ਵਿੱਚ ਜਾ ਕੇ ਪਤਾ ਕਰਿਆ ਕਰੋ ਮੈਂ ਬਹੁਤ ਬਾਰੀ ਬੇਨਤੀ ਕੀਤੀ ਆ ਹਰ ਬੰਦਾ ਪਤਾ ਕਰੇ ਜਾ ਕੇ ਕਿ ਕੀ ਮੇਰੇ ਬੱਚੇ ਨੂੰ ਤੁਸੀਂ ਪੰਜਾਬੀ ਪੜ੍ਹਾ ਰਹੇ ਹੋ ਸਹੀ ਤਰੀਕੇ ਦੇ ਨਾਲ ਕਿਉਂ ਜੁਰਮਾਨਾ ਤਾਂ ਨਹੀਂ ਕੋਈ ਹੈਗਾ ਕੋਈ ਪਾਬੰਦੀ ਤਾਂ ਨਹੀਂ ਹੈਗੀ ਬੋਲਣ ਤੋਂ ਰੋਕਿਆ ਤਾਂ ਨਹੀਂ ਜਾਂਦਾ ਕਿਹੜੇ ਇਤਿਹਾਸ ਨਾਲ ਜੋੜ ਰਹੇ ਹੋ ਕਿਹੜੇ ਸਾਹਿਤ ਨਾਲ ਜੋੜ ਰਹੇ ਹੋ ਇਹ ਸਾਡਾ ਫਰਜ਼ ਬਣਦਾ ਹੈ ਅਸਲ ਨਿਉ ਅਸਲ ਜੜ ਸਾਡੀ ਸਾਡਾ ਆਉਣ ਵਾਲਾ ਭਵਿੱਖ ਸਾਡੀਆਂ ਨਸਲਾਂ ਸਾਡੇ ਜਵਾਕ ਨੇ ਜਿਨ੍ਹਾਂ ਨੇ ਇਸ ਪੰਜਾਬ ਪੰਜਾਬੀਅਤ ਦੇ ਭਾਰ ਨੂੰ ਇਸ ਕੌਮ ਦੇ ਭਾਰ ਨੂੰ ਆਪਣੇ ਮੋਢਿਆਂ ਤੇ ਚੱਕਣਾ ਜਿਨ੍ਹਾਂ ਨੂੰ ਮਜ਼ਬੂਤ ਬਣਾ ਲਓਗੇ ਉਸ ਨੀਂਹ ਨੂੰ ਉਨਾ ਹੀ ਸਾਡੀ ਕੌਮ ਦੀ ਨੀਂਹ ਮਜ਼ਬੂਤ ਹੋਣੀ ਹੈ ਇਹ ਹਰ ਬੰਦੇ ਦਾ ਫਰਜ਼ ਹੁੰਦਾ ਇਹਨੂੰ ਟਾਲ ਮਟੋਲ ਨਾ ਕਰਿਆ ਕਰੋ ਇੱਕ ਵਾਰੀ ਸਕੂਲ ਪਾਇਆ ਜਵਾਕ ਸਾਲ ਬਾਅਦ ਗਏ ਨਹੀਂ ਸਾਡਾ ਫਰਜ਼ ਬਣਦਾ 15 20 ਦਿਨਾਂ ਬਾਅਦ ਨਹੀਂ ਮਹੀਨੇ ਬਾਅਦ ਪੱਕਾ ਜਾ ਕੇ ਉਸ ਸਕੂਲ ਪਤਾ ਕਰਕੇ ਆਓ ਕਿ ਸਾਡੇ ਜਵਾਕ ਨੂੰ ਕਿੱਥੇ ਜੋੜਿਆ ਜਾ ਰਿਹਾ ਸੋ ਇਹਨੀਏ ਤੇ ਮੇਰੀਆਂ ਬੇਨਤੀਆਂ ਸੀ ਗੌਰ ਕਰਿਓ ਮੇਰਾ ਵੀਰ ਅਮਲ ਵੀ ਕਰ ਲਿਆ ਕਰੋ ਕੱਲਾ ਖੱਲੇ ਨਾ ਬਾਈ ਬਣ ਕੇ ਕਿਆ ਕਰੋ ਠੀਕ ਆ ਬਾਈ ਠੀਕ ਆ ਕਿਪੜੀਆਂ ਪੰਜਾਬੀ ਚ ਕਰ ਦਿਆ ਕਰੋ ਸੁਨੇਹਾ ਪੰਜਾਬੀ ਚ ਭੇਜਿਆ ਕਰੋ ਆਪਣੇ WhatsApp Facebook ਆ ਦੇ ਨਾ Instagram ਦੇ ਨਾਂ ਸਾਰੇ ਪੰਜਾਬੀ ਚ ਰੱਖੋ ਲੇਖੋ ਬਦ ਤੋਂ ਬਦ ਪੰਜਾਬੀ ਵਰਤੋ ਤਾਂ ਕਿ ਇੱਕ ਹੋਰ ਸਰਕਾਰ ਦੇ ਧਿਆਨ ਚ ਲਿਆ ਦੇਣਾ ਬੈਂਕਾਂ ਦੇ ਵਿੱਚੋਂ ਬਿਲਕੁਲ ਪੰਜਾਬੀ ਖਤਮ ਕਰ ਦਿੱਤੀ ਗਈ ਇੱਧਰ ਵੀ ਸਰਕਾਰ ਧਿਆਨ ਦੇਵੇ ਤਰਜੀਹ ਦੇਵੇ ਜਿਉਂਦੇ ਵਸਦੇ ਰਹੋ ਪੰਜਾਬੀ ਮਾਂ ਬੋਲੀ ਜੰਦਾਬਾਦ ਹੈ ਪੰਜਾਬ ਪੰਜਾਬੀ ਜੰਦਾਬਾਦ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ